सन 84 ਤੇ ਦੰਗੇ ਹੋਏ ਸੀ ਅਸੀਂ ਮੁਗਲ ਸਰਾ ਤੋਂ ਆਏ ਸੀਗੇ ਸਾਨੂੰ 35 36 ਸਾਲ ਹੋ ਗਏ ਸਾਡੀ ਕੋਈ ਹੈਲਪ ਨਹੀਂ ਹੋਈ ਤੇ ਨਾ ਹੀ ਸਾਨੂੰ ਕੁਝ ਮਿਲਿਆ ਨਾ ਕੋਈ ਮਕਾਨ ਨਾ ਦੁਕਾਨ ਨਾ ਜਿਹੜੇ 2-2 ਲੱਖ ਰੁਪਈਆ ਮਿਲੇ ਸੀ ਉਹ ਵੀ ਨਹੀਂ ਮਿਲੇ ਸਾਨੂੰ ਅਸੀਂ ਇੰਨੇ ਪਰੇਸ਼ਾਨ ਹੈਗੇ ਹਾਂ ਸਾਡੇ ਸਰਦਾਰ ਜੀ ਹਾਰਟ ਪੇਸ਼ੈਂਟ ਹੈਗੇ ਨੇ ਤੇ ਬੱਚੀ ਸਾਡੀ ਅਸੀਂ ਵਿਆਹ ਦਿੱਤੀ ਹੈ ਬਾਈਕ ਚਲਾਉਂਦੇ ਹਾਂ ਉਹਦੇ ਅੰਦਰ ਚਾਹ ਪਰੌਂਠੇ ਵੇਚ ਕੇ ਆਪਣੀ ਗੁਜ਼ਰ ਬਸਰ ਕਰਦੇ ਹਾਂ ਹਾਰਟ ਪੇਸ਼ੈਂਟ ਹੈਗਾ ਮੈਂ ਹੈ ਦਵਾਈ ਮੇਰੀ ਮਹਾਂ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਅੰਕਲ ਜੀ ਸਾਡਾ ਨਾਂ ਤਵਿੰਦਰ ਸਿੰਘ ਜੀ ਹੈ ਤਵਿੰਦਰ ਸਿੰਘ ਹਾਂਜੀ ਤੁਹਾਡਾ ਜੀ ਮੇਰਾ ਨਾਂ ਇਕਬਾਲ ਕੌਰ ਹੈ ਹਾਂਜੀ ਆਪਣਾ ਤੁਹਾਨੂੰ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਜਿਵੇਂ ਕਿ ਰਾਸ਼ਨ ਕਾਰਡ ਬਣਿਆ ਹੁੰਦਾ ਜਾਂ ਨਹੀਂ ਜੀ ਸਾਨੂੰ ਸਾਹੁਰੀ ਸਹੂਲਤ ਨਹੀਂ ਬਣੀ ਰਾਸ਼ਨ ਕਾਰਡ ਬਣਿਆ ਲੇਕਿਨ ਉਸ ਦਾ ਰਾਸ਼ਨ ਨਹੀਂ ਮਿਲਦਾ ਹੈਗਾ ਹੈ ਅਸੀਂ ਗਰੀਬੀ ਰੇਖਾ ਦਾ ਰਾਸ਼ਨ ਕਾਰਡ ਚਾਹੁੰਦੇ ਹਾਂ ਸਾਡਾ ਬਣ ਨਹੀਂ ਪਾਉਂਦਾ ਨਾ ਬਣ ਪਾਉਂਦਾ ਨਾ ਅਸੀਂ ਜਾ ਪਾਉਂਦੇ ਹਾਂ ਬਣਵਾਉਣ ਕੋਈ ਹੋਰ ਮੈਡੀਕਲ ਸਹੂਲਤ ਵੀ ਮਿਲਦੀ ਹੈ ਤੁਹਾਨੂੰ ਕੀ ਜੀ ਕੋਈ ਮੈਡੀਕਲ ਸਹੂਲਤ ਵੀ ਮਿਲਦੀ ਹੈ ਜਿਵੇਂ ਮੋਦੀ ਦਾ ਇੱਕ ਕਾਰਡ ਬਣਦਾ ਆਯੁਸ਼ਮਾਨ ਅਸੀਂ ਆਪ ਦਵਾਈ ਖਰੀਦ ਕੇ ਆਪ ਖਾਂਦੇ ਹਾਂ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਕੋਈ ਸਹੂਲਤ ਨਹੀਂ ਹੈਗੀ ਸਰਕਾਰ ਵੱਲੋਂ ਤੁਸੀਂ ਆਪਣੇ ਹਲਕੇ ਦੇ ਜਿਹੜਾ ਇਸ ਹਲਕੇ ਦਾ ਕੌਂਸਲਰ ਹੈ ਜਾਂ ਆਪਣੇ ਇਸ ਹਲਕੇ ਦਾ MLA ਉਸ ਉਹਨਾਂ ਨੂੰ ਕੋਲੋਂ ਕਿਉਂ ਨਹੀਂ ਗਏ ਤੁਸੀਂ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਨੇ ਮੌਜੂਦਾ MLA ਜਿਹੜੇ ਅਸੀਂ ਗਏ ਹੈਗੇ ਹਾਂ ਪਰ ਉਹਨਾਂ ਨੇ ਨਾ ਕੋਈ ਮਤਲਬ ਹੈਲਪ ਨਹੀਂ ਉਹ ਕਹਿੰਦੇ ਆਈਏ ਰਾਸ਼ਨ ਕਾਰਡ ਬਣਦੇ ਨਹੀਂ ਪਏ ਜਦੋਂ ਬਣਨਗੇ ਅਸੀਂ ਦੱਸਾਂਗੇ ਅਸੀਂ ਕਈ ਹੈਲਪਾਂ ਮੰਗੀਆਂ ਉਹਨਾਂ ਕੋਲੋਂ ਸਾਡਾ ਤੇ ਉਹਨਾਂ ਨੇ ਕਿਨਾਂ ਦਾ ਆਪਣਾ ਵੋਟਰ ID ਕਾਰਡ ਵੀ ਨਹੀਂ ਬਣਿਆ ਹੋਇਆ ਸਾਡਾ ਤੇ ਵੋਟਰ ID ਵੀ ਨਹੀਂ ਬਣੀ ਕਿੰਨੇ ਸਾਲਾਂ ਤੋਂ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਜਾਂ ਕਦੇ ਬਣਿਆ ਹੀ ਨਹੀਂ ਹੈ ਸਾਡਾ ਰਾਸ਼ਨ ਕਾਰਡ ਨਾ ਸਾਮਾਨਿਆ ਵਾਲਾ ਬਣਿਆ ਸੀਗਾ ਅਸੀਂ ਜਮਾਲਪੁਰ ਰਹਿੰਦੇ ਸੀ ਤੇ ਉੱਥੇ ਬਣਿਆ ਸੀਗਾ ਪਰ ਉਹਦੇ ਸਾਨੂੰ 1 ਕਿਲੋ ਕਣਕ ਵੀ ਨਹੀਂ ਮਿਲੀ ਨਾ ਕੋਈ ਚੀਜ਼ ਮਿਲੀ ਆ ਉਹਨੂੰ ਹੋ ਗਏ 2014 ਹੀ ਸਾਡਾ ਬਣਿਆ ਸੀਗਾ ਕਾਰਡ ਪਹਿਲਾਂ ਤਾਂ ਬਣਿਆ ਕਿਉਂਕਿ ਹੋਰ ਸਾਰੀ ਸਰਕਾਰੀ ਸਹੂਲਤ ਵੀ ਮਿਲਦੀ ਆ ਤੁਹਾਨੂੰ ਨਹੀਂ ਜੀ ਸਰਕਾਰੀ ਸਹੂਲਤ ਸਾਨੂੰ ਕੋਈ ਨਹੀਂ ਲੱਭੀ ਨਾ ਸਾਨੂੰ ਜਿਹੜਾ ਦੰਗਾ ਪੀੜਿਤਾ ਵਾਲਾ ਪੈਸਾ ਲੋਕਾਂ ਨੂੰ ਲੱਭਿਆ ਉਹ ਸਾਨੂੰ ਨਹੀਂ ਲੱਭਾ ਹੈਗਾ ਪਟਵਾਰੀ ਸਾਡੀ ਇਨਕੁਆਇਰੀ ਵੀ ਕਰ ਚੁੱਕਾ ਹੈ ਜਾ ਕੇ ਇੱਥੇ ਆ ਕੇ ਕਰ ਗਿਆ ਆ ਲੇਕਿਨ ਉਹਨੇ ਆਖਿਆ ਕਿ ਅਸੀਂ ਕਰਾਂਗੇ ਅਸੀਂ ਕਚਹਿਰੀ ਮੇਰੀ ਘਰ ਵਾਲੀ 2-4 ਵਾਰੀ ਗਈ ਮੇਰੇ ਕੋਲ ਟੁੱਟਣ ਨਹੀਂ ਹੁੰਦਾ ਮੈਂ ਜਾ ਨਹੀਂ ਸਕਦਾ ਜਨਾਨੀ ਜਾਂਦੀ ਹੈ ਉੱਥੇ ਉਹ ਕਹਿੰਦੇ ਨੇ ਕਿ ਬਾਈ ਜਦੋਂ ਹੋਏਗਾ ਤਾਂ ਫਿਰ ਅਸੀਂ ਤੁਹਾਨੂੰ ਬੁਲਾਵਾਂਗੇ ਦੱਸਾਂਗੇ ਲੇਕਿਨ ਆਉਂਦਾ ਕੁਝ ਨਹੀਂ ਅਸੀਂ ਕਰੀਏ ਕਿ ਬਜ਼ੁਰਗ ਬੰਦੇ ਮਜ਼ਬੂਰੀ 'ਚ ਕਮਾ ਕੇ ਖਾ ਲੈਂਦੇ ਹਾਂ 2 ਰੋਟੀ ਤੁਸੀਂ ਰੋਜ਼ ਰੋਜ਼ ਚਲਾ ਰਹੇ ਹੋ ਆਪਣਾ ਇਸ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਮੁਸ਼ਕਲਾਂ ਸਮ ਉਹ ਮੁਸ਼ਕਲਾਂ ਤਾਂ ਸਾਰੀਆਂ ਹੀ ਨੇ ਪੁੱਤ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਜੀ ਇੱਕ ਬੇਟੀ ਹੈਗੀ ਉਹ ਅਸੀਂ ਵਿਆਹ ਦਿੱਤੀ ਹੈ ਅਸੀਂ ਦੋਏ ਮੀਆਂ ਬੀਬੀ ਬਜ਼ੁਰਗ ਹੈਗੇ ਅਤੇ ਆਪਣੀ ਰੋਟੀ ਆਪ ਕਮਾ ਕੇ ਖਾਂਦੇ ਹਾਂ ਛੋਟਾ ਜਿਹਾ ਢਾਬਾ ਇੱਕ ਚਲਾਉਂਦੇ ਹਾਂ ਉਹਦੇ ਅੰਦਰ ਚਾਹ ਪਰੌਂਠੇ ਵੇਚ ਕੇ ਆਪਣੀ ਗੁਜ਼ਰ ਬਸਰ ਕਰਦੇ ਹਾਂ ਹਾਰਟ ਪੇਸ਼ੈਂਟ ਹੈਗਾ ਮੈਂ ਹੈ ਦਵਾਈ ਮੇਰੀ 15 ਸਾਲਾਂ ਤੋਂ ਚੱਲਦੀ ਹੈ ਹੈ ਡਾਕਟਰ ਕੋਲੋਂ ਦਵਾਈ ਲੈ ਕੇ ਖਾਈ ਦੀਏ ਆਰਾਮ ਕਰੀਦਾ ਚੱਲਣੇ ਤਕਲੀਫ ਹੁੰਦੀ ਗੋਡਿਆਂ ਦੀ ਗਰੀਸ ਸਾਡੀ ਘੱਟ ਗਈ ਹੈ ਕਮਜ਼ੋਰ ਹੋ ਗਈ ਹੈ ਇਸ ਕਰਕੇ ਮੈਨੂੰ ਸੋਟੀ ਲੈ ਕੇ ਟੁਰਨਾ ਪੈਂਦਾ ਮੈਂ ਬੜਾ ਤੰਗ ਹੈਗਾ ਹੈ ਅਗਰ ਮੇਰੀ ਕੁਝ ਹੈਲਪ ਹੋ ਜਾਂਦੀ ਸਰਕਾਰ ਦੇ ਤਰਫੋਂ ਜਾਂ ਮੈਨੂੰ ਰਹਿਣ ਵਾਸਤੇ ਕੋਈ ਜਗ੍ਹਾ ਮਿਲ ਜਾਂਦੀ ਜਾਂ ਸਾਡਾ ਕੋਈ ਮਦਦ ਕਰ ਦਿੰਦੇ ਤਾਂ ਅਸੀਂ ਆਪਣੀ 2 ਰੋਟੀ ਕਮਾ ਕੇ ਖਾ ਲੈਂਦੇ ਸਾਡੇ ਕਿਰਾਏ ਦੀ ਵੀ ਬੱਚਤ ਹੋ ਜਾਂਦੀ ਸਾਨੂੰ 84 ਤੇ ਦੰਗੇ ਹੋਏ ਸੀ ਅਸੀਂ ਮੁਗਲ ਸਰਾ ਤੋਂ ਆਏ ਸੀਗੇ ਸਾਨੂੰ 35-36 ਸਾਲ ਹੋ ਗਏ ਸਾਡੀ ਕੋਈ ਹੈਲਪ ਨਹੀਂ ਹੋਈ ਅਤੇ ਨਾ ਹੀ ਸਾਨੂੰ ਕੁਝ ਮਿਲਿਆ ਨਾ ਕੋਈ ਮਕਾਨ ਨਾ ਦੁਕਾਨ ਨਾ ਜਿਹੜੇ 2-2 ਲੱਖ ਰੁਪਈਆ ਮਿਲੇ ਸੀ ਉਹ ਵੀ ਨਹੀਂ ਮਿਲੇ ਸਾਨੂੰ ਅਸੀਂ ਇੰਨੇ ਪਰੇਸ਼ਾਨ ਹੈਗੇ ਹਾਂ ਸਾਡੇ ਸਰਦਾਰ ਜੀ ਹਾਰਟ ਪੇਸ਼ੈਂਟ ਹੈਗੇ ਨੇ ਅਤੇ ਬੱਚੀ ਸਾਡੀ ਅਸੀਂ ਵਿਆਹ ਦਿੱਤੀ ਹੈ ਹੋਰ ਸਾਡੇ ਕੋਈ ਬੱਚਾ ਹੈਗਾ ਨਹੀਂ ਕਮਾਉਣ ਵਾਲਾ ਅਸੀਂ ਆਪੇ ਹੀ ਆਪਣੀ ਰੋਟੀ ਕਮਾ ਕੇ ਖਾਂਦੇ ਹਾਂ ਥੋੜ੍ਹੀ ਬਹੁਤੀ ਕਿਸੇ ਕੋਲੋਂ ਹੈਲਪ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਆਪਣੀ ਰੋਟੀ ਆਪੇ ਹੀ ਕਮਾ ਕੇ ਖਾਈਦੀ ਹੈ ਬਹੁਤ ਪਰੇਸ਼ਾਨ ਹੈਗੇ ਹਾਂ ਅਗਰ ਸਾਡੀ ਹੈਲਪ ਹੋ ਜਾਏ ਸਰਕਾਰ ਵੱਲੋਂ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਔਰ ਜਿਹੜੀ ਤੁਸੀਂ ਬਿਲਡਿੰਗ 'ਚ ਰਹਿ ਰਹੇ ਹੋ ਜਾਂ ਇੱਥੇ ਆਪਣਾ ਰੋਜ਼ਗਾਰ ਚਲਾ ਰਹੇ ਹੋ ਬਿਲਡਿੰਗ ਕਿਰਾਏ 'ਤੇ ਹੈ ਕਿਰਾਏ 'ਤੇ ਕਿੰਨਾ ਕਿਰਾਇਆ ਇਹਦਾ ਕਿਰਾਇਆ ਅਸੀਂ 5,000 ਰੁਪਏ ਦਿੰਦੇ ਹਾਂ ਉਹ ਬੜੀ ਮੁਸ਼ਕਲਾਂ ਨਾਲ ਭਰਨੇ ਹਾਂ ਕਿਰਾਇਆ ਕਮਾ ਖਾ ਕੇ ਕਿਸੇ ਤਰੀਕੇ ਨਾਲ ਕਿਰਾਇਆ ਫਰਮਾਨੇ ਆਪਣਾ ਗੁਜ਼ਾਰਾ ਕਰਨੇ ਹਾਂ ਦਵਾਈਆਂ ਖਰੀਦ ਕੇ ਖਾਂਦੇ ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸਾਡਾ ਕੋਈ ਸਹਾਰਾ ਨਹੀਂ ਹੈਗਾ ਬਚਤ ਕੋਈ ਸਹਾਰਾ ਨਹੀਂ ਹੈਗਾ ਬਸ ਅਸੀਂ ਕਮਾ ਖਾ ਲੈਂਦੇ ਹਾਂ ਕਿਰਾਇਆ 'ਚ ਹੀ ਭਟਕਦੇ ਪਏ ਹਾਂ ਸਰਕਾਰ ਅਗਰ ਸਾਡਾ ਕੁਝ ਕਰ ਸਕੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਕਿਰਾਏ 'ਤੇ ਹੀ ਰਹਿੰਦੇ ਹਾਂ ਅਸੀਂ ਉੱਥੇ ਵੀ 2,000 ਰੁਪਈਆ ਕਿਰਾਇਆ ਭਰਦੇ ਪਏ ਹਾਂ 5,000 ਇਹਦਾ ਭਰਦੇ ਹਾਂ 2,000 ਉਹਦਾ ਬਾਕੀ ਦਵਾਈਆਂ ਬਸ ਸਾਡੇ ਕੋਲ ਇਹ ਵੇ ਕਿ ਅਸੀਂ ਕਮਾ ਖਾ ਲੈਂਦੇ ਹਾਂ ਕਿਰਾਇਆ 'ਚ ਹੀ ਭਟਕਦੇ ਪਏ ਹਾਂ ਕਿਰਾਇਆ 'ਚ ਹੀ ਰਹਿੰਦੇ ਹਾਂ
ਮਹਾਂ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਨਾਮ ਕੀ ਹੈ ਜੀ ਅੰਕਲ ਜੀ? ਸਾਡਾ ਨਾਮ ਤਵਿੰਦਰ ਸਿੰਘ ਜੀ ਹੈ। ਤਵਿੰਦਰ ਸਿੰਘ ਜੀ, ਤੁਹਾਡਾ ਜੀ? ਮੇਰਾ ਨਾਮ ਇਕਬਾਲ ਕੌਰ ਹੈ। ਹਾਂਜੀ, ਆਪਣਾ ਤੁਹਾਨੂੰ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਜਿਵੇਂ ਕਿ ਰਾਸ਼ਨ ਕਾਰਡ ਬਣਿਆ ਹੁੰਦਾ ਜਾਂ? ਨਹੀਂ ਜੀ, ਸਾਨੂੰ ਸਾਹੂਰੀ ਸਹੂਲਤ ਨਹੀਂ ਬਣੀ। ਰਾਸ਼ਨ ਕਾਰਡ ਬਣਿਆ ਲੇਕਿਨ ਉੱਥੇ ਰਾਸ਼ਨ ਨਹੀਂ ਮਿਲਦਾ ਹੈਗਾ। ਹੈ ਅਸੀਂ ਗਰੀਬੀ ਰੇਖਾ ਦਾ ਰਾਸ਼ਨ ਕਾਰਡ ਚਾਹੁੰਦੇ ਹਾਂ, ਸਾਡਾ ਬਣ ਨਹੀਂ ਪਾਉਂਦਾ, ਨਾ ਬਣ ਪਾਉਂਦਾ, ਨਾ ਅਸੀਂ ਜਾ ਪਾਉਂਦੇ ਹਾਂ ਬਣਵਾਉਣ। ਹੋਰ ਮੈਡੀਕਲ ਸਹੂਲਤ ਵੀ ਮਿਲਦੀ ਹੈ ਤੁਹਾਨੂੰ? ਕੀ ਜੀ? ਕੋਈ ਮੈਡੀਕਲ ਸਹੂਲਤ ਵੀ ਮਿਲਦੀ ਹੈ ਜਿਵੇਂ ਮੋਦੀ ਦਾ ਇੱਕ ਕਾਰਡ ਬਣਦਾ ਆਯੁਸ਼ਮਾਨ? ਆਪ ਦਵਾਈ ਖਰੀਦ ਕੇ ਆਪ ਖਾਂਦੇ ਹਾਂ, ਸਾਨੂੰ ਕੋਈ ਸਹੂਲਤ ਨਹੀਂ ਮਿਲਦੀ। ਕੋਈ ਸਹੂਲਤ ਨਹੀਂ ਹੈਗੀ ਸਰਕਾਰ ਵੱਲੋਂ। ਤੁਸੀਂ ਆਪਣੇ ਹਲਕੇ ਦੇ ਜਿਹੜਾ ਇਸ ਹਲਕੇ ਦਾ ਕੌਂਸਲਰ ਹੈ ਜਾਂ ਆਪਣੇ ਇਸ ਹਲਕੇ ਦਾ MLA ਹੈ, ਉਹਨਾਂ ਕੋਲ ਕਿਉਂ ਨਹੀਂ ਗਏ ਤੁਸੀਂ? ਉਹ ਵੀ ਤੁਹਾਡੀ ਹੈਲਪ ਕਰ ਸਕਦੇ ਨੇ, ਮੌਜੂਦਾ MLA ਜਿਹੜੇ। ਅਸੀਂ ਗਏ ਹੈਗੇ ਹਾਂ ਪਰ ਉਹਨਾਂ ਨੇ ਨਾ ਕੋਈ ਮਤਲਬ ਹੈਲਪ ਨਹੀਂ। ਉਹ ਕਹਿੰਦੇ ਇਹ ਰਾਸ਼ਨ ਕਾਰਡ ਬਣਦੇ ਨਹੀਂ ਪਏ, ਜਦੋਂ ਬਣਨਗੇ ਅਸੀਂ ਦੱਸਾਂਗੇ। ਅਸੀਂ ਕਈ ਹੈਲਪਾਂ ਮੰਗੀਆਂ ਉਹਨਾਂ ਕੋਲੋਂ ਸਾਡਾ, ਅਤੇ ਉਹਨਾਂ ਨੇ ਕਿਨਾਂ ਦਾ ਆਪਣਾ ਵੋਟਰ ID ਕਾਰਡ ਵੀ ਨਹੀਂ ਬਣਿਆ ਹੋਇਆ ਸਾਡਾ, ਤਾਂ ਵੋਟਰ ID ਵੀ ਨਹੀਂ ਬਣੀ। ਕਿੰਨੇ ਸਾਲਾਂ ਤੋਂ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਜਾਂ ਕਦੇ ਬਣਿਆ ਹੀ ਨਹੀਂ ਹੈ? ਸਾਡਾ ਰਾਸ਼ਨ ਕਾਰਡ ਨਾ ਸਾਮਾਨਯ ਵਾਲਾ ਬਣਿਆ ਸੀਗਾ, ਅਸੀਂ ਜਮਾਲਪੁਰ ਰਹਿੰਦੇ ਸੀ ਅਤੇ ਉੱਥੇ ਬਣਿਆ ਸੀਗਾ, ਪਰ ਉਹਦੇ ਸਾਨੂੰ 1 ਕਿਲੋ ਕਣਕ ਵੀ ਨਹੀਂ ਮਿਲੀ ਨਾ ਕੋਈ ਚੀਜ਼ ਮਿਲੀ ਆ। ਉਹਨੂੰ ਹੋ ਗਏ 2014 ਹੀ ਸਾਡਾ ਬਣਿਆ ਸੀਗਾ ਕਾਰਡ ਪਹਿਲਾਂ ਤਾਂ ਬਣਿਆ। ਕਿਉਂਕਿ ਹੋਰ ਸਰਕਾਰੀ ਸਹੂਲਤ ਵੀ ਮਿਲਦੀ ਆ ਤੁਹਾਨੂੰ? ਨਹੀਂ ਜੀ, ਸਰਕਾਰੀ ਸਹੂਲਤ ਸਾਨੂੰ ਕੋਈ ਨਹੀਂ ਲੱਭੀ ਹੈਗੀ, ਨਾ ਸਾਨੂੰ ਜਿਹੜਾ ਦੰਗਾ ਪੀੜਿਤਾਂ ਵਾਲਾ ਪੈਸਾ ਲੋਕਾਂ ਨੂੰ ਲੱਭਿਆ ਉਹ ਸਾਨੂੰ ਨਹੀਂ ਲੱਭਾ ਹੈਗਾ। ਪਟਵਾਰੀ ਸਾਡੀ ਇਨਕੁਆਇਰੀ ਵੀ ਕਰ ਚੁੱਕਾ ਹੈ, ਜਾ ਕੇ ਇੱਥੇ ਆ ਕੇ ਕਰ ਗਿਆ ਆ, ਲੇਕਿਨ ਉਹਨੇ ਆਖਿਆ ਕਿ ਅਸੀਂ ਕਰਾਂਗੇ। ਅਸੀਂ ਕਚਹਿਰੀ ਮੇਰੀ ਘਰ ਵਾਲੀ 2-4 ਵਾਰੀ ਗਈ, ਮੇਰੇ ਕੋਲ ਟੁੱਟਣ ਨਹੀਂ ਹੁੰਦਾ, ਮੈਂ ਜਾ ਨਹੀਂ ਸਕਦਾ, ਜਨਾਨੀ ਜਾਂਦੀ ਹੈ ਉੱਥੇ। ਉਹ ਕਹਿੰਦੇ ਨੇ ਕਿ ਬਾਈ ਜਦੋਂ ਹੋਏਗਾ ਤਾਂ ਫਿਰ ਅਸੀਂ ਤੁਹਾਨੂੰ ਬੁਲਾਵਾਂਗੇ, ਦੱਸਾਂਗੇ, ਲੇਕਿਨ ਹੁੰਦਾ ਕੋਈ ਨਹੀਂ, ਅਸੀਂ ਕਰੀਏ ਕਿ ਬਜ਼ੁਰਗ ਬੰਦੇ ਮਜ਼ਬੂਰੀ ਕਮਾ ਕੇ ਖਾ ਲੈਂਦੇ ਹਾਂ 2 ਰੋਟੀ। ਤੁਸੀਂ ਰੋਜ਼ਗਾਰ ਚਲਾ ਰਹੇ ਹੋ ਆਪਣਾ, ਇਸ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਸਾਨੂੰ ਮੁਸ਼ਕਲਾਂ ਮੁਸ਼ਕਲਾਂ ਤਾਂ ਸਾਰੀਆਂ ਹੀ ਨੇ ਪੁੱਤਰ। ਤੁਸੀਂ ਦੇਖਿਆ ਇਹ ਮਹਿਲਾ ਬਜ਼ੁਰਗ ਜੋੜਾ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਿੰਨੇ ਕਿਵੇਂ ਕਿਸ ਤਰ੍ਹਾਂ ਮਿਹਨਤ ਕਰਦੇ ਨੇ, ਔਰ ਹਾਰਟ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਇਹਨਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ, ਜਿਨ੍ਹਾਂ ਇਹਨਾਂ ਦੇ ਗੋਡੇ ਵੀ ਰਹਿ ਗਏ ਨੇ, ਗੋਡੇ ਰਹਿੰਦੇ ਹੋਏ ਫਿਰ ਵੀ ਇਹ ਮਿਹਨਤ ਕਰ ਰਹੇ ਹਨ। ਅਤੇ ਮੈਂ ਇਹ ਲੋਕਾਂ ਨੂੰ ਕਹਿਣਾ ਚਾਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ, ਤਾਂ ਜੋ ਇਹ ਮਹਿਲਾ ਬਜ਼ੁਰਗ ਜੋੜੇ ਦੀ ਹੈਲਪ ਹੋ ਸਕੇ।